ਮੈਂ ਲੋਕਾਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਹਜੇ ਕਿਸੇ ਕੋਈ ਵੀ ਕਿਸੇ ਕਿਸਮ ਦੀ ਸਾਡੇ ਕੋਲੇ ਪੈਰਾਮਿਲਟਰੀ ਫੋਰਸ ਨਹੀਂ, ਬਿਲਕੁਲ ਪੀਸਫੁਲੀ ਚੱਲ ਰਿਹਾ ਹੈਗਾ। ਸਿਰਫ ਜਿਹੜੀ ਸਾਡੀ ਆਪਣੀ ਸਟੇਟ ਦੀ ਫੋਰਸ ਹੈਗੀ ਆ, ਸਾ ਉਹ ਹੀ ਅਸੀਂ ਉਹਦੇ ਨਾਲ ਹੀ ਲਾ ਐਂਡ ਆਰਡਰ ਮੇਨਟੇਨ ਕਰ ਰਹੇ ਹਾਂ। ਔਰ ਲੋਕ ਅਫਵਾਹਾਂ 'ਤੇ ਨਾ ਜਾਣ, ਸਾਡੇ ਹੈਲਪਲਾਈਨ ਨੰਬਰ ਦਿੱਤੇ ਹੋਏ ਆ, ਉਹਨਾਂ ਤੋਂ ਕੋਈ ਗੱਲ ਵੀ ਹੈਗੀ ਉੱਥੋਂ ਕਨਫਰਮ ਕਰਨ। ਜਿਹੜੇ ਸੋਸ਼ਲ ਮੀਡੀਆ ਆਉਂਦੀਆਂ ਹੈਗੀਆਂ, ਉਹਨਾਂ ਨੂੰ ਕਾਇੰਡਲੀ ਜਿਹੜਾ ਹੈਗਾ ਇੱਕ ਵਾਰੀ ਜ਼ਰੂਰ ਕਨਫਰਮ ਕਰ ਲੈਣ। ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਅਫਵਾਹਾਂ ਉਡਾਉਂਦਾ ਹੈਗਾ, ਉਹਦੇ ਖਿਲਾਫ਼ ਵੀ ਅਸੀਂ ਜਿਹੜਾ ਸਖ਼ਤ ਐਕਸ਼ਨ ਲਵਾਂਗੇ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ, ਜੋ ਹੈਲਥ ਡਿਪਾਰਟਮੈਂਟ ਵੱਲੋਂ ਆਈਆਂ ਇੰਸਟਰਕਸ਼ਨਸ ਉਹਨਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ। ਜੇ ਕੋਈ ਕਰਫਿਊ ਦੀ ਪਾਲਣਾ ਨਹੀਂ ਕਰਦਾ ਹੈਗਾ, ਕਰਫਿਊ ਨੂੰ ਤੋੜਦਾ ਹੈਗਾ, ਉਹਦੇ ਖਿਲਾਫ਼ ਜਿਹੜੀ ਅਸੀਂ ਕਾਰਵਾਈ ਕਰਾਂਗੇ। 188 ਦੇ ਅਸੀਂ ਆਲਰੇਡੀ ਪਰਚੇ ਦਰਜ ਕੀਤੇ ਆ। ਹੁਣ ਤਕਰੀਬਨ ਅਸੀਂ 140 ਜਿਹੜੇ ਪਰਚੇ ਹੈਗੇ ਆ ਆਲਮੋਸਟ ਅਸੀਂ ਦਰਜ ਕਰ ਚੁੱਕੇ ਹਾਂ। ਔਰ ਲੋਕਾਂ ਨੂੰ ਮੈਂ ਵਾਰ ਵਾਰ ਅਸੀਂ ਇਹੀ ਅਪੀਲ ਕਰਦੇ ਕਿ ਲੋਕ ਆਪਣੇ ਘਰਾਂ 'ਚ ਬਣੇ ਰਹਿਣ, ਤਾਂ ਜੋ ਇਸ ਬਿਮਾਰੀ ਤੋਂ ਬਚ ਸਕੀਏ। ਉਹਨਾਂ ਲੋਕਾਂ ਨੂੰ, ਉਸ ਜਿਹੜੀਆਂ ਔਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਨੂੰ ਅਸੀਂ ਇਹੀ ਕਹਿ ਰਹੇ ਹਾਂ ਕਿ ਜਿੱਥੇ ਵੀ ਤੁਸੀਂ ਲੰਗਰ ਵਰਤਾਉਣਾ, ਸੰਬੰਧਿਤ ACP, ADCP, SHO, ਸੰਬੰਧਿਤ ਜਿਹੜੇ ਸਿਵਲ ਡਿਪਾਰਟਮੈਂਟ ਦੇ ਅਧਿਕਾਰੀ, ਉਹਨਾਂ ਨਾਲ ਤਾਲਮੇਲ ਕਰਕੇ ਜੋ ਆਪਾਂ ਨੂੰ ਪ੍ਰਕੋਸ਼ਨਰੀ ਮੇਜਰ ਲੈਣੇ ਚਾਹੀਦੇ, ਉਹਨਾਂ ਨੂੰ ਲੈ ਕੇ ਫਿਰ ਹੀ ਲੰਗਰ ਵਗੈਰਾ ਜਾਂ ਰਾਸ਼ਨ ਵਗੈਰਾ ਵਰਤਾਇਆ ਜਾਣਾ ਚਾਹੀਦਾ। ਸਾਡੇ ਜਿਹੜੇ ਹੈਗੇ ਆ 24 ਆਵਰ ਜਿਹੜੀ ਸਾਡੀ ਪੁਲਿਸ ਹੈ ਉਹ ਡਿਪਿਊਟ ਕੀਤੀ ਆ, ਸਾਡੇ ਸਾਰੇ 100% ਜਿਹੜੀ ਫੋਰਸ ਹੈ ਉਹ ਇਸੇ ਕਰਫਿਊ ਨੂੰ ਮੇਨਟੇਨ ਕਰਨ ਲਈ, ਲੋਕਾਂ ਨੂੰ ਘਰ 'ਚ ਰਹਿਣ ਲਈ ਜਿਹੜੀਆਂ ਹੈਗੀਆਂ, ਅਸੀਂ ਅਲੱਗ ਅਲੱਗ ਜਗ੍ਹਾ 'ਤੇ ਜਿਹੜੇ ਸਾਡੇ ਨਾਕੇ ਪੈਟਰੋਲਿੰਗ ਪਾਰਟੀਜ਼ ਲਗਾਈਆਂ ਗਈਆਂ। ਔਰ ਅਸੀਂ ਕੋਆਰਡੀਨੇਟ ਵੀ ਕਰ ਰਹੇ ਹਾਂ ਕਿ ਲੋਕਾਂ ਨੂੰ ਜਿਹੜੀਆਂ ਰੋਜ਼ਮਰ੍ਹਾ ਦੀਆਂ ਜਿਹੜੀਆਂ ਚੀਜ਼ਾਂ ਹੈਗੀ, ਉਹਦੇ 'ਚ ਕਿਸੇ ਕਿਸਮ ਦੀ ਕਿੱਲਤ ਨਾ ਆਵੇ। ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕਰਨੀ ਚਾਹੁੰਦਾ ਕਿ ਕੋਈ ਵੀ ਉਹਨਾਂ ਦੀ ਕੋਈ ਦਿੱਕਤ ਹੈਗੀ ਹੈ, ਸਾਡੇ ਕੰਟਰੋਲ ਰੂਮ ਦੇ ਥਰੂ ਸਿਵਲ ਪ੍ਰਸ਼ਾਸਨ ਨੇ ਆਪਣੇ ਹੈਲਪਲਾਈਨ ਨੰਬਰ ਦਿੱਤੇ ਹੋਏ, ਉਹਨਾਂ 'ਤੇ ਗੱਲ ਕਰ ਲੈਣ। ਉਹਨਾਂ ਦੀ ਜਿਹੜੇ ਹੈਗੀ ਹੈ ਕੋਈ ਵੀ ਪ੍ਰੋਬਲਮ ਹੈਗੀ ਉਹ ਸੋਲਵ ਕੀਤੀ ਜਾਊਗੀ। ਐਵੇਂ ਉਹ ਅਫਵਾਹਾਂ ਨਾ ਫੈਲਾਉਣ ਔਰ ਨਾ ਹੀ ਬਿਨਾਂ ਗੱਲ ਤੋਂ ਪੈਨਿਕ ਹੋਣ।